ਭੱਲਾ ਜੀ, ਹਾਂਜੀ, ਸਾਡੇ ਮੁਲਕ 'ਚ ਸਾਡੇ ਸਮਾਜ 'ਚ ਕਿੱਡਾ ਵੱਡਾ ਦੁਖਾਂਤ ਆ ਵੀ ਸਾਡੀ ਰਿਸ਼ਵਤਖੋਰੀ ਅਤੇ ਮਿਲਾਵਟਖੋਰੀ ਬੰਦ ਹੀ ਨਹੀਂ ਹੋ ਰਹੀ। ਦੇਖੋ, ਜਿਹੜੇ ਮਿਲਾਵਟਖੋਰੀ ਵਾਲੇ ਨੇ ਇਹੋ ਜਿਹੇ ਢੀਠ ਨੇ, ਮਿਲਾਵਟ ਕਰਕੇ ਵੀ ਨਹੀਂ ਮੰਨਦੇ, ਜਸਟਿਫਾਈ ਕਰਦੇ, ਉਲਟਾ ਕਹਿੰਦੇ ਅਸੀਂ ਲੋਕਾਂ 'ਤੇ ਆਸਾਨ ਕਰਦੇ ਹਾਂ। ਹਾਂ, ਕਹਿੰਦੇ ਸਾਡੀ ਕਿਹੜਾ ਕਰੂ ਰੀਸ, ਪਾਈਏ ਘਿਓ 'ਚ ਗਰੀਸ, ਉਹ ਜਿਹੜਾ ਚੱਕ ਦੇਵੇ ਚੀਸ ਸਾਡੇ ਰੈਲੇ ਰਹਿੰਦੇ ਆ, ਪਿਛਾਂ ਖਿੱਚੂ ਇਹਨੂੰ ਵੀ ਬਲੈਕ ਕਹਿੰਦੇ। ਵੈਸੇ ਭੱਲਾ ਜੀ, ਖਾਣ ਵਾਲੀ ਚੀਜ਼ਾਂ 'ਚ ਮਿਲਾਵਟ ਕਰਨਾ ਜੁਰਮ ਆ। ਇੱਥੋਂ ਤੱਕ ਵੀ ਗਿਰ ਗਏ ਲੋਕੀ ਵੀ ਜਿਹੜੇ ਗਰਮ ਮਸਾਲੇ ਆਪਾਂ ਖਾਂਦੇ ਹਾਂ ਉਹ 'ਚ ਵੀ ਘੋੜੇ ਦੀ ਲਿੱਦ ਮਿਲਾਉਣ ਲੱਗ ਗਏ। ਚੱਲ, ਇਹ ਕੰਮ ਮਾੜਾ ਜਿਹਾ ਖਰਾ ਕਰਦੇ ਆ। ਉਹ ਕਿਉਂ? ਇਹਦੇ ਨਾਲ ਘੱਟੋ ਘੱਟ ਬੰਦੇ ਦੀ ਹਾਰਸ ਪਾਵਰ ਤਾਂ ਵੱਧ ਜਾਂਦੀ ਆ। ਭੱਲਾ ਜੀ, ਮਿਲਾਵਟ ਦੀ ਹੱਦ ਤੱਕ ਹੋ ਗਈ, ਸਾਡੇ ਕਿਸਾਨ ਪਰੇਸ਼ਾਨ ਆ, ਖਾਦਾਂ 'ਚ, ਬੀਜਾਂ 'ਚ, ਦਵਾਈਆਂ 'ਚ ਮਿਲਾਵਟ ਆਈ ਜਾਂਦੀ ਆ। ਮਿਲਾਵਟ ਕਰਨ ਵਾਲਿਆਂ ਨੂੰ ਤਾਂ ਪੁੱਛ ਕੇ ਦੇਖੋ, ਉਹ ਪਤਾ ਕੀ ਕਹਿੰਦੇ ਆ? ਕੀ ਕਹਿੰਦੇ ਆ? ਕਹਿੰਦੇ ਸਾਡੇ ਹੱਥ ਦੀ ਸਫਾਈ, ਮਿੱਟੀ ਖਾਦ 'ਚ ਮਲਾਈ, ਨਾਲੇ ਮਾੜਾ ਕੀ ਹੈ ਭਾਈ, ਖਾਦ ਕਿਹੜਾ ਖਾਣੀ ਆ, ਆਖਿਰਕਾਰ ਖਾਦ ਵੀ ਤਾਂ ਮਿੱਟੀ 'ਚ ਮਿਲਾਉਣੀ ਆ। ਜਸਟੀਫਾਈ ਕਰਦੇ ਆ। ਦੇਖ ਲਓ, ਅਫਸਰ ਕੀ ਕਰਦੇ ਫਿਰ? ਅਫਸਰ ਸਾਡੇ ਅਫਸਰਾਂ ਦੇ ਦਿਲ ਜਿਹੜੇ ਕਰੀ ਜਾਂਦੇ ਢਿੱਲ, ਅਸੀਂ ਕਿਹਾ ਲਾ ਲਓ ਛਿੱਲ ਜਿਹੜੀ ਥੋਤੋ ਲੈਂਦੀ ਆ, ਪਰ ਜਨਤਾ ਬੜੀ ਸੀਲ ਤੁਹਾਨੂੰ ਕੁਝ ਨਾ ਕਹਿੰਦੀ। ਭੱਲਾ ਜੀ, ਇਹ ਜਨਤਾ ਨੀ ਸੀਲ ਕਿਉਂ ਹੁੰਦੀ ਆ? ਜਨਤਾ ਸੀਲ ਮੁੱਢ ਤੋਂ ਹੀ ਆ, ਕਿਤੇ ਹੁਣ ਹੋਈ ਆ? ਸ਼ਰਮਾ ਜੀ, ਮੈਂ ਤੁਹਾਨੂੰ ਇੱਕ ਗੱਲ ਸੁਣਾਵਾਂ। ਇੱਕ ਰਾਜਾ ਸੀ, ਉਹਦੇ ਰਾਜ ਦੇ ਵਿੱਚ ਇੱਕ ਦਰਿਆ ਵਹਿੰਦਾ ਸੀ। ਦਰਿਆ ਤੇ ਕੋਈ ਪੁਲ ਨਹੀਂ ਸੀ। ਅੱਛਾ। ਲੋਕ ਬੜੇ ਪਰੇਸ਼ਾਨ ਸੀ, ਕਦੇ ਵਿਚਾਰੇ ਕਿਸ਼ਤੀ ਕਰਿਆ ਕਰਨ, ਕਦੇ ਤੈਰ ਕੇ ਜਾਇਆ ਕਰਨ, ਕਦੇ ਡੁੱਬ ਜਾਇਆ ਕਰਨ, ਕਦੇ ਕੁਛ ਹੋ ਜਾਇਆ ਕਰੇ। ਅਖੀਰ ਨੂੰ ਰਾਜੇ ਨੇ ਕੀ ਕੀਤਾ, ਉਹਨਾਂ ਦੀ ਸਹੂਲਤ ਲਈ ਇੱਕ ਪੁਲ ਬਣਾਤਾ। ਵੈਰੀ ਗੁੱਡ। ਹੁਣ ਲੋਕ ਪੁਲ ਦੇ ਉੱਪਰ ਦੀ ਜਾਇਆ ਕਰਨ। ਅੱਛਾ। ਰਾਜੇ ਨੂੰ ਬੜਾ ਗੁੱਸਾ ਵੀ ਮੈਂ ਇੰਨੀ ਮਿਹਨਤ ਕਰਕੇ ਪੈਸਾ ਖਰਚ ਕੇ ਇੱਥੇ ਪੁਲ ਬਣਾਇਆ, ਕੋਈ ਮੇਰਾ ਥੈਂਕ ਯੂ ਕਰਨ ਨਹੀਂ ਆਇਆ, ਧੰਨਵਾਦ ਕਰਨ ਨਹੀਂ ਆਇਆ? ਰਾਜੇ ਨੂੰ ਗੁੱਸਾ, ਰਾਜੇ ਨੇ ਆਪਣੇ ਅਹਿਲਕਾਰਾਂ ਨੂੰ ਬੁਲਾ ਕੇ ਪੁੱਛਿਆ ਵੀ ਲੋਕ ਹੁਣ ਪੁਲ ਰਾਹੀਂ ਲੰਘਦੇ ਆ? ਕਹਿੰਦੇ ਜੀ ਲੰਘਦੇ ਆ। ਕਹਿੰਦਾ ਅੱਛਾ, ਏਦਾਂ ਨਹੀਂ, ਕਹਿੰਦਾ ਇਹਨਾਂ ਨੇ ਆਉਣਾ, ਐਂ ਕਰੋ 30 ਰੁਪਏ ਟੋਲ ਲਾ ਦਿਓ। ਅੱਛਾ। ਉਹਨਾਂ ਨੇ 30 ਟੋਲ ਕਰਤਾ, ਜਨਤਾ ਵਿਚਾਰੀ ਸੀਲ, ਪਰਚੀ ਕਟਾਉਣ ਲੱਗੇ, 30 ਰੁਪਏ ਦੇ ਕੇ ਨਿਕਲ ਜਾ ਕਰਨ। ਅੱਛਾ। ਫੇਰ ਨਾ ਰਾਜੇ ਕੋਲ ਆਏ, ਕਹਿੰਦਾ 30 ਦੇ 60 ਕਰ ਦਿਓ। ਵਾਹ। 60 ਕਰਤੇ, 60 ਦੇ 120 ਕਰਤੇ, 120 ਦੇ 240 ਕਰਤੇ। ਅੱਛਾ। ਜਨਤਾ ਫੇਰ ਨਾ ਆਵੇ, ਰਾਜੇ ਨੂੰ ਗੁੱਸਾ ਵੀ ਮੇਰੇ ਕੋਲ ਕਿਉਂ ਨਹੀਂ ਆਏ? ਇਹਨੀ ਸੀਲ ਉਹਨੇ 300 ਰੁਪਈਆ ਕਰਤਾ। 300 ਦਾ? ਕਹਿੰਦਾ ਹੁਣ 300 ਦੇ ਨਾਲ ਜਿਹੜੇ ਲੰਘਣਗੇ ਨਾਲ 100-100 76 ਫੇਰਨੇ। 100-76 ਮਾਰੋ? ਹਾਂ। ਓ ਹੋ ਹੋ। ਦੂਏ ਦਿਨ ਸਾਰੀ ਜਨਤਾ ਰਾਜੇ ਦੇ ਮਹਿਲਾਂ ਵੱਲ ਨੂੰ ਆਈ। ਅੱਛਾ। ਰਾਜੇ ਨੂੰ ਚਾਹ ਚੜ ਗਿਆ ਵੀ ਹੁਣ ਰਾਜ ਕਰਨ ਦਾ ਸਵਾਦ ਆਊਗਾ, ਹੁਣ ਕਰਨਗੇ ਮਿੰਤਾਂ। ਆਏ ਆ। ਕਹਿੰਦਾ ਦੱਸੋ ਵੀ ਕਿਵੇਂ ਆਏ ਹੋ? ਹੱਥ ਜੋੜ ਕੇ ਖੜ ਕੇ ਕਹਿੰਦੇ, ਰਾਜਾ ਜੀ ਗੱਲ ਇਹ ਆ ਕਿ ਤੁਸੀਂ 30 ਰੁਪਏ ਟੋਲ ਕੀਤਾ, ਫਿਰ 60 ਕੀਤਾ, 100-120 ਕੀਤਾ, 240 ਕੀਤੇ, 300 ਕੀਤੇ, ਅਸੀਂ ਕੁਛ ਨਹੀਂ ਬੋਲੇ। ਹੁਣ ਨਾਲ ਜਿਹੜਾ ਤੁਸੀਂ 100-100 76 ਮਾਰ ਨੂੰ ਕਿਹਾ ਵਾ, ਸਾਨੂੰ ਉਹਦੀ ਵੀ ਕੋਈ ਤਕਲੀਫ ਨਹੀਂ। ਤਕਲੀਫ ਇਸ ਗੱਲ ਦੀ ਆ ਕਿ ਉੱਥੇ ਟਾਈਮ ਬਹੁਤ ਲੱਗ ਜਾਂਦਾ ਛਿੱਤਰ ਮਾਰ ਨੂੰ, ਤੁਸੀਂ ਥੋੜੇ ਆਪਣੇ ਨਾ ਬੰਦੇ ਵਧਾ ਦਿਓ ਛਿੱਤਰ ਮਾਰ। ਇਹੀ ਜੀ ਜਨਤਾ ਸੀ। ਭੱਲਾ ਜੀ, ਜਨਤਾ ਸੀਲ ਨਹੀਂ ਕਿਉਂ ਹੁੰਦੀ ਆ? ਜਨਤਾ ਸੀਲ ਸੀ ਕਿਸੇ ਜ਼ਮਾਨੇ 'ਚ, ਪਰ ਅੱਜ ਕੱਲ੍ਹ ਨਹੀਂ। ਅੱਜ ਕੱਲ੍ਹ ਤਾਂ ਮਾੜਾ ਜਿਹਾ ਕੰਮ ਕਰਕੇ ਦੇਖਣ ਜਿਹੜੇ ਧਰਨੇ ਲੱਗ ਜਾਂਦੇ ਆ। ਤੈਨੂੰ ਪਤਾ ਨਹੀਂ ਪਿਛਲੇ ਸਾਲ ਚਾਹੇ ਕਿਸਾਨਾਂ ਦੇ ਆਪਣੇ ਹੱਕ 'ਚ ਹੋਏ ਫੈਸਲੇ ਅਜੇ ਤੱਕ ਲਾਗੂ ਨਹੀਂ ਹੋਏ, ਪਰ ਲੋਕਾਂ ਨੂੰ 1 ਸਾਲ ਦੀ ਟੋਲ ਫ੍ਰੀ ਕਰਾ ਕੇ ਉਹਨਾਂ ਨੇ ਸਹੂਲਤ ਦਿੱਤੀ ਕਿ ਨਹੀਂ ਦਿੱਤੀ? ਹੁਣ ਮੈਂ ਸੁਣਿਆ ਕੁਝ ਜ਼ਿਲ੍ਹਿਆਂ ਦੇ ਵਿੱਚ ਦਸੰਬਰ ਤੋਂ ਲੈ ਕੇ ਜਨਵਰੀ ਦੇ 15 ਤਰੀਕ ਤੱਕ ਕਹਿੰਦੇ ਫਿਰ ਟੋਲ ਫ੍ਰੀ ਕਰਾਵਾਂਗੇ। ਸੋ ਬਣਦਾ ਨਾ, ਜੈ ਕਿਸਾਨ, ਹੈਪੀ ਨਿਊ ਈਅਰ।